बॉलीवुड देख रहे सारे ही दर्शकों नु मेरे जानी नेहा राजपूत वालों प्यार भरी सत श्री अकाल जी। ते पिछले कुछ दिनों तो असीं एक फिल्म दे बारे सुनदे आ रहे सी, अड़बो मुटियारा। व्हाइट हिल स्टूडियो इस फिल्म नु प्रेजेंट कर रहे हैं ते व्हाइट हिल स्टूडियोज वालों प्रेजेंट की जा रही ये फिल्म अड़बो मुटियारा का असीं कुछ दिन पहला पोस्टर भी देखा सी ते नाल ही इस फिल्म की जो रिलीजिंग डेट सी अनाउंस कर दी गई सी। ते हुण हाल ही दे विच इस फिल्म का जो ट्रेलर है रिलीज़ कर दिता गया है। जी हाँ, अड़बो मुटियारा फिल्म का ऑफिशियल ट्रेलर यूट्यूब चैनल ते व्हाइट हिल स्टूडियोज के यूट्यूब चैनल ते रिलीज़ कर दिता गया है। ते जे आपां ट्रेलर की गल करिए ते ट्रेलर की शुरुआत हुंदी है काली काली थार विच सोनी नार ते सोनी नार है बब्बू बैंस जानी कि सोनम बाजवा। जी हाँ, ट्रेलर दे शुरुआत दे विच सानू सोनम बाजवा दा बहुत कैंट ते बोल्ड जिहा स्वैग देखण नू मिलदा है ते ओह तुलाई करदे होए दिखाई देंदे ने। ते तुसी भी देखो इस ट्रेलर दीआं कुछ झलकां। काली काली थार उत्तो सोनी नार ਮੈਨੂੰ ਦਿਓ 5-7 ਕਰੋੜ ਮੈਂ ਤੁਹਾਨੂੰ ਦੱਸਾਂ ਬਿਜ਼ਨਸ ਕਿਵੇਂ ਕਰੀਦਾ। ਕਿਵੇਂ ਹੁੰਦਾ ਬਿਜ਼ਨਸ? ਹੋ ਗਿਆ ਹੈਂਗ, ਕਰੂੰਗਾ ਮੈਂ ਬਿਜ਼ਨਸ। ਸਰਦਾਰਾਂ ਦੀਆਂ ਦਰਦ ਵੀ ਪੂਰੀ ਹੈ। ਚੱਡਾ ਫਾਈਨਾਂਸ ਦੇ ਜਿੰਨੇ ਪੈਸੇ ਬਣਦੇ ਆ ਨਾ, ਦੋਹਰੀ ਗਿਣਤੀ ਕਰਕੇ ਮੇਰੇ ਅੱਗੇ ਰੱਖ ਦੇ। ਇਸ ਫਿਲਮ ਦੇ ਟ੍ਰੇਲਰ ਦੇਖਣ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਇਸ ਫਿਲਮ ਦੇ ਵਿੱਚ ਸਾਨੂੰ ਸੋਨਮ ਬਾਜਵਾ ਤੇ ਬਠਿੰਡੇ ਦੀ ਕੁੜੀ ਮਹਿਰੀਨ ਪੀਰਜ਼ਾਦਾ ਤੇ ਇਸ ਦੇ ਨਾਲ ਨਿੰਜਾ ਤੇ ਅਜੇ ਸਰਕਾਰੀਆ ਮੇਨ ਲੀਡਸ ਦੇ ਵਿੱਚ ਨਜ਼ਰ ਆਉਣਗੇ। ਤੇ ਇਸ ਫਿਲਮ ਦੇ ਵਿੱਚ ਜਿੱਥੇ ਸਾਨੂੰ ਸੋਨਮ ਬਾਜਵਾ ਦਾ ਘੈਂਟ ਖਾੜਕੂ ਤੇ ਸਵੈਗ ਵਾਲਾ ਅੰਦਾਜ਼ ਦੇਖਣ ਨੂੰ ਮਿਲ ਰਿਹਾ, ਉੱਥੇ ਹੀ ਦੂਜੇ ਪਾਸੇ ਇਕੱਲੇ ਇਕੱਲੇ ਠੋਕਣ ਵਾਲਾ ਜੱਟ ਜਾਨੀ ਕਿ ਨਿੰਜਾ ਇਸ ਫਿਲਮ ਦੇ ਵਿੱਚ ਸਾਨੂੰ ਥੋੜੇ ਜਿਹੇ ਠੰਡੇ ਨਿਊਟਰਲ ਜਿਹੇ ਕਿਰਦਾਰ ਦੇ ਵਿੱਚ ਨਜ਼ਰ ਆਉਣਗੇ। ਤੇ ਇਸ ਦੇ ਨਾਲ ਹੀ ਅਜੇ ਸਰਕਾਰੀਆ ਤੇ ਮਹਿਰੀਨ ਪੀਰਜ਼ਾਦਾ ਦਾ ਰੋਮਾਂਟਿਕ ਜਿਹਾ ਫਲੇਵਰ ਸਾਨੂੰ ਇਸ ਫਿਲਮ ਦੇ ਵਿੱਚ ਦੇਖਣ ਨੂੰ ਮਿਲੇਗਾ। ਤੇ ਜੇ ਗੱਲ ਆਪਾਂ ਬਾਕੀ ਕਿਰਦਾਰਾਂ ਦੀ ਕਰੀਏ ਤਾਂ ਇਸ ਫਿਲਮ ਦੇ ਵਿੱਚ ਸਾਨੂੰ ਬੀਐਨ ਸ਼ਰਮਾ, ਉਪਾਸਨਾ ਸਿੰਘ, ਰੁਪਿੰਦਰ ਰੂਪੀ ਤੇ ਸੁਦੇਸ਼ ਲਹਿਰੀ ਵਰਗੇ ਅਦਾਕਾਰ ਵੀ ਨਜ਼ਰ ਆਉਣਗੇ। ਤੇ ਇਸ ਫਿਲਮ ਦੇ ਵਿੱਚ ਸੋਨਮ ਬਾਜਵਾ ਦੀਆਂ ਲੁੱਕਸ ਤੇ ਉਹਨਾਂ ਦੇ ਸਵੈਗ ਵਾਲੇ ਅੰਦਾਜ਼ ਨੂੰ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਤੇ ਸਪੈਸ਼ਲੀ ਸੋਨਮ ਬਾਜਵਾ ਦੇ ਕਿਰਦਾਰ ਤੇ ਬਹੁਤ ਹੀ ਪੋਜ਼ਿਟਿਵ ਜਿਹੇ ਕਮੈਂਟ ਆ ਰਹੇ ਹਨ ਤੇ ਉਹਨਾਂ ਦੀ ਲੁੱਕਸ ਨੂੰ ਤੇ ਉਹਨਾਂ ਦੇ ਅੰਦਾਜ਼ ਨੂੰ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਉਹਨਾਂ ਦੇ ਫੈਨਸ ਦੇ ਵੱਲੋਂ। ਤੇ ਇਸ ਟ੍ਰੇਲਰ ਨੇ ਇਸ ਫਿਲਮ ਨੂੰ ਲੈ ਕੇ ਜੋ ਐਕਸਾਈਟਮੈਂਟ ਹੈ ਉਹ ਵਧਾਤੀ ਹੈ ਕਿਤੇ ਨਾ ਕਿਤੇ ਆਡੀਅੰਸ ਦੀ। ਤੇ ਜੇ ਗੱਲ ਆਪਾਂ ਇਸ ਫਿਲਮ ਦੇ ਮਿਊਜ਼ਿਕ ਦੀ ਕਰੀਏ ਤੇ ਹਾਲੇ ਤੱਕ ਸਾਨੂੰ ਇਸ ਫਿਲਮ ਦੇ ਟ੍ਰੇਲਰ ਦੇ ਵਿੱਚ ਇੱਕੋ ਹੀ ਗਾਣਾ ਸੁਣਨ ਨੂੰ ਮਿਲ ਰਿਹਾ। ਇਸ ਗਾਣੇ ਦਾ ਨਾਮ ਹੈ ਜੱਟੀ ਜਿਉਣੇ ਮੋੜ ਵਰਗੀ ਤੇ ਇਸ ਗਾਣੇ ਨੂੰ ਗਾਇਆ ਹੈ ਸਿੱਧੂ ਮੂਸੇਵਾਲੇ ਨੇ। ਜੀ ਹਾਂ, ਸਿੱਧੂ ਮੂਸੇਵਾਲੇ ਦਾ ਗਾਣਾ ਫਿਲਮ ਅੜਬ ਮੁਟਿਆਰਾਂ ਦੇ ਵਿੱਚ ਸੁਣਨ ਨੂੰ ਮਿਲੇਗਾ ਜਿਸਦਾ ਨਾਮ ਹੈ ਜੱਟੀ ਜਿਉਣੇ ਮੋੜ ਵਰਗੀ। ਤੇ ਇਸ ਗਾਣੇ ਦੇ ਵਿੱਚ ਵੀ ਸੋਨਮ ਬਾਜਵਾ ਦਾ ਪੂਰਾ ਫੁੱਲ ਟੂ ਤੇ ਘੈਂਟ ਜਿਹਾ ਸਵੈਗ ਸਾਨੂੰ ਦੇਖਣ ਨੂੰ ਮਿਲ ਰਿਹਾ ਜੋ ਕਿ ਉਹਨਾਂ ਦੇ ਫੈਨਸ ਨੂੰ ਬਹੁਤ ਹੀ ਐਕਸਾਈਟਿਡ ਕਰ ਰਿਹਾ ਤੇ ਸਪੈਸ਼ਲੀ ਸਿੱਧੂ ਮੂਸੇਵਾਲਾ ਦੇ ਫੈਨਸ ਵੀ ਬਹੁਤ ਐਕਸਾਈਟਿਡ ਹਨ ਇਸ ਗਾਣੇ ਨੂੰ ਲੈ ਕੇ। ਤੇ ਇਹ ਗਾਣਾ ਟ੍ਰੇਲਰ ਦੇ ਰਿਲੀਜ਼ ਤੋਂ ਇੱਕ ਦਿਨ ਪਹਿਲਾਂ ਹੀ ਰਿਲੀਜ਼ ਕਰ ਦਿੱਤਾ ਗਿਆ ਸੀ। ਤੇ ਜੇ ਗੱਲ ਆਪਾਂ ਇਸ ਫਿਲਮ ਦੇ ਕ੍ਰੈਡਿਟਸ ਦੀ ਕਰੀਏ ਤੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਮਾਨਵ ਸ਼ਾਹ ਨੇ, ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ ਗੁਰਬੀਰ ਸਿੰਘ ਸਿੱਧੂ ਤੇ ਮਨਮੋੜ ਸਿੱਧੂ ਨੇ। ਇਸ ਫਿਲਮ ਨੂੰ ਪ੍ਰੈਜੈਂਟ ਕਰ ਰਹੇ ਹਨ ਵਾਈਟ ਹਿਲ ਸਟੂਡੀਓਜ਼ ਇਨ ਐਸੋਸੀਏਸ਼ਨ ਵਿਦ ਟੋ ਚੇਨ ਪਿਕਚਰਸ। ਤੇ ਜੇ ਗੱਲ ਆਪਾਂ ਇਸ ਫਿਲਮ ਦੇ ਘੈਂਟ ਘੈਂਟ ਡਾਇਲੋਗ ਦੀ ਕਰੀਏ ਜਾਨੀ ਕਿ ਜਿਹੜੇ ਇਸ ਫਿਲਮ ਦੇ ਕਿਰਦਾਰਾਂ ਨੇ ਘੈਂਟ ਘੈਂਟ ਡਾਇਲੋਗ ਬੋਲੇ ਹਨ ਉਹਨਾਂ ਨੂੰ ਲਿਖਿਆ ਹੈ ਰਕੇਸ਼ ਧਵਨ ਨੇ। ਤੇ ਇਹ ਫਿਲਮ ਅੜਬ ਮੁਟਿਆਰਾਂ 18 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਤੇ ਜੇ ਗੱਲ ਆਪਾਂ ਇਸ ਫਿਲਮ ਦੇ ਟਾਈਟਲ ਦੀ ਕਰੀਏ ਜਾਨੀ ਕਿ ਅੜਬ ਮੁਟਿਆਰਾਂ ਟਾਈਟਲ ਦੀ ਕਰੀਏ ਤੇ ਉਹ ਕਿਤੇ ਨਾ ਕਿਤੇ ਪੂਰਾ ਸੂਟ ਕਰ ਰਿਹਾ ਇਸ ਫਿਲਮ ਦੇ ਕਿਰਦਾਰਾਂ ਜਾਨੀ ਕਿ ਸੋਨਮ ਬਾਜਵਾ ਤੇ ਮਹਿਰੀਨ ਪੀਰਜ਼ਾਦਾ ਤੇ ਇਹ ਅੜਬ ਮੁਟਿਆਰਾਂ ਟਾਈਟਲ ਪੂਰਾ ਪੂਰਾ ਸੂਟ ਕਰ ਰਿਹਾ ਤੇ ਨਾਲ ਹੀ ਉਹਨਾਂ ਦੀ ਐਕਟਿੰਗ ਜੋ ਕਿ ਪੂਰੀ ਅੜਬ ਪੰਥੀ ਵਾਲੀ ਦੇਖਣ ਨੂੰ ਮਿਲ ਵੀ ਰਹੀ ਹੈ। ਤੇ ਇਸ ਫਿਲਮ ਨੂੰ ਲੈ ਕੇ ਬਹੁਤ ਐਕਸਾਈਟਿਡ ਹਨ ਸੋਨਮ ਬਾਜਵਾ ਤੇ ਨਿੰਜਾ ਦੇ ਫੈਨਸ। ਜੀ ਹਾਂ, ਕਿਉਂਕਿ ਇਸ ਫਿਲਮ ਦੇ ਵਿੱਚ ਜੋ ਸੋਨਮ ਬਾਜਵਾ ਦਾ ਕਿਰਦਾਰ ਹੈ ਬਹੁਤ ਬੋਲਡ ਘੈਂਟ ਤੇ ਫੁੱਲ ਪੇਂਡੂ ਜਿਹਾ ਦਿਖਾਇਆ ਗਿਆ ਜੋ ਕਿ ਆਡੀਅੰਸ ਨੂੰ ਬਹੁਤ ਕਲਿੱਕ ਕਰ ਰਿਹਾ ਤੇ ਸਾਰੇ ਹੀ ਬਹੁਤ ਐਕਸਾਈਟਿਡ ਨੇ ਇਸ ਫਿਲਮ ਨੂੰ ਲੈ ਕੇ ਤੇ ਅਸੀਂ ਵੀ ਉਮੀਦ ਕਰਦੇ ਹਾਂ ਕਿ ਫਿਲਮ ਜਲਦ ਤੋਂ ਜਲਦ ਰਿਲੀਜ਼ ਹੋਵੇ ਤੇ ਦਰਸ਼ਕਾਂ ਦੀਆਂ ਉਮੀਦਾਂ ਤੇ ਪੂਰੀ ਉਤਰੇ। ਬਾਕੀ ਬਾਲੀਵੁੱਡ ਦੀ ਹਰ ਲੇਟੈਸਟ ਅਪਡੇਟ ਦੇ ਲਈ ਬਣੇ ਰਹੋ ਗੂਗਲ ਬਾਲੀਵੁੱਡ ਦੇ ਨਾਲ।